ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਤੁਹਾਡਾ? ਉਮੀਦ ਹੈ ਠੀਕ ਠਾਕ ਹੋਵੋਗੇ। ਅੱਜ ਅਸੀਂ ਆਏ ਹਾਂ ਨਕੋਦਰ ਬਾਬਾ ਮਰਾਸ਼ਾ ਜਗ੍ਹਾ 'ਤੇ, ਗੱਡੀ ਪਾਰਕਿੰਗ 'ਚ ਲਾ ਕੇ ਅਤੇ ਆਪਾਂ ਚੱਲ ਪਏ ਹਾਂ, ਜੋੜੇ ਜਮ੍ਹਾਂ ਕਰਾਵਾਂਗੇ ਫਿਰ ਜਾਵਾਂਗੇ ਦਰਸ਼ਨ ਕਰਨ। ਅਤੇ ਅੱਜ ਬਾਬਾ ਮਰਾਸ਼ਾ ਜੀ ਦਾ ਜਨਮ ਦਿਨ ਸੀਗਾ ਅਤੇ ਉਹਦਾ ਕਰਕੇ ਰਸ਼ ਕਾਫੀ ਸੀਗਾ ਅਤੇ ਸੰਗਤਾਂ ਨੇ ਥਾਂ ਥਾਂ ਲੰਗਰ ਵੀ ਕਾਫੀ ਲਾਏ ਸੀ। ਕਿਤੇ ਛੋਲੇ ਭਟੂਰੇ ਚੱਲਣ ਡੇ ਆ, ਕਿਤੇ ਪੀਜ਼ੀਆਂ ਦਾ ਲੰਗਰ, ਕਿਤੇ ਬਰਗਰਾਂ ਦਾ ਲੰਗਰ। ਹਾਂਜੀ, ਸੰਗਤ ਦੇਖ ਲਓ ਸਾਰੇ ਆਦਿ ਲੈਣ ਲੱਗੀ ਹੋਈ ਛੋਲੇ ਭਟੂਰੇ ਆਉਂਦੀ ਹੈ ਅਤੇ ਰਸ਼ ਕਾਫੀ ਆ। ਅਤੇ ਆਪਾਂ ਫਿਰ ਜੋੜੇ ਜਮ੍ਹਾਂ ਕਰਾ ਕੇ ਫਿਰ ਕਰਦੇ ਹਾਂ ਜੀ ਦਰਸ਼ਨ। ਪੂਰਾ ਅੰਦਰ ਬਾਹਰ ਹਾਲ ਸਾਰੇ ਭਰਿਆ ਪਿਆ ਜੀ ਸੰਗਤ ਦੇ ਨਾਲ। ਅਤੇ ਉਹਦੀਆਂ ਲੇਡੀਜ਼ ਦੀ ਲਾਈਨ ਵੱਖਰੀ ਸੀ ਅਤੇ ਇੱਧਰ ਬੰਦਿਆਂ ਦੀ ਵੱਖਰੀ ਸੀ ਲਾਈਨ। ਅਤੇ ਰਸ਼ ਜ਼ਿਆਦਾ ਹੋਣ ਕਰਕੇ ਫਿਰ ਇੱਦਾਂ ਨੇ ਘੁੰਮਣ ਘੇਰੀ ਜੀ ਬਣਾਈ ਸੀਗੀ ਅਤੇ ਉਹਦੇ ਵਿੱਚ ਦੀ ਫਿਰ ਹੌਲੀ ਹੌਲੀ ਜਾਂਦੇ ਪਏ ਸੀਗੇ ਦਰਸ਼ਨ ਕਰਨ ਲਈ, ਹੈ ਨਾ ਜੀ। ਅਤੇ ਕਾਫੀ ਟਾਈਮ ਲੱਗ ਗਿਆ ਦਰਸ਼ਨ ਕਰਨ ਨੂੰ। ਅਤੇ ਫਿਰ ਦਰਸ਼ਨ ਕਰਕੇ ਬਾਅਦ 'ਚ ਫਿਰ ਆਪਾਂ ਲੰਗਰ ਹਾਲ 'ਚ ਗਏ, ਪ੍ਰਸ਼ਾਦਾ ਛਕਿਆ। ਅਤੇ ਲੰਗਰ ਦਾ ਪ੍ਰਸ਼ਾਦਾ ਤੁਹਾਨੂੰ ਪਤਾ ਸਵਾਦ ਹੀ ਹੁੰਦਾ ਹੈ ਜੀ।